ਤੇ ਟਾਸਕ ਇਹੀ ਹੈ ਵੀ ਇਹਨਾਂ ਚੋਂ ਕਿਸੇ ਵੀ ਇੱਕ ਦੋਸਤ ਨੂੰ ਫੋਨ ਲਾਣਾ ਤੇ ਕਹਿਣਾ ਕਿ ਤੂੰ ਮੈਨੂੰ ਅੱਜ ਤੋਂ ਬਾਅਦ ਫੋਨ ਨਹੀਂ ਕਰਨਾ ਔਰ ਫੋਨ ਕੱਟ ਦੇਣਾ ਦੁਬਾਰਾ ਦੇਖਣਾ ਫੋਨ ਆਏਗਾ ਕਿ ਨਹੀਂ ਕੀ ਲੱਗਦਾ ਕੌਣ ਚੁੱਕੇਗਾ ਫੋਨ ਫਿਰ ਉਹਨੂੰ ਹੀ ਕਰਨਾ ਮੈਂ ਨਾ ਮੇਰੇ ਖਿਆਲ ਬਾਕੀ ਦੋਸਤ ਇਸ ਟਾਈਮ ਬਿਜ਼ੀ ਨਾ ਹੋਣ ਯਸ਼ੂ ਕਿਉਂਕਿ ਗੁੱਲੂ ਤਾਂ ਮੈਨੂੰ ਪਤਾ ਉਹ ਸ਼ਾਇਦ ਅਵੇਲੇਬਲ ਰਹੇਗਾ ਇੱਕ ਮਿੰਟ ਮੈਂ ਹੁਣੇ ਉਹਨੂੰ ਹੀ ਕਰਦਾ ਕੀ ਕਹਿਣਾ ਕੀ ਉਹਨੂੰ ਇਹੀ ਕਹਿਣਾ ਵੀ ਮੈਂ ਤੇਰੇ ਤੋਂ ਨਾਰਾਜ਼ ਹਾਂ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਮੈਨੂੰ ਅੱਜ ਤੋਂ ਬਾਅਦ ਫੋਨ ਨਹੀਂ ਕਰਨਾ ਕੱਟ ਦੇਣਾ ਫਿਰ ਇਹ ਦੇਖਣਾ ਕਾਲ ਆਉਂਦੀ ਹੈ ਕਿ ਨਹੀਂ ਸਪੀਕਰ ਤੇ ਅੱਛਾ ਸਪੀਕਰ ਤੇ ਗੱਲ ਹਾਂਜੀ ਬਾਊ ਜੀ ਮੇਰੀ ਸੁਣੋ ਗੱਲ ਮੈਨੂੰ ਤੁਹਾਡੇ ਤੋਂ ਨਾ ਇਹ ਉਮੀਦ ਨਹੀਂ ਸੀਗੀ ਤੇ ਬਿਲਕੁਲ ਅੱਜ ਤੋਂ ਬਾਅਦ ਮੈਨੂੰ ਬਿਲਕੁਲ ਫੋਨ ਨਹੀਂ ਕਰਨਾ ਮੈਂ ਬਹੁਤ ਨਾਰਾਜ਼ ਹਾਂ ਤੇਰੇ ਨਾਲ ਓਕੇ ਅੱਛਾ ਮਤਲਬ ਇਹ ਫੋਨ ਹੋ ਗਿਆ ਕੀ ਐਕਸਪੈਕਟ ਕਰ ਰਹੇ ਹੋ ਬੈਕ ਕਾਲ ਆਏਗੀ ਉਹਨੂੰ ਵੈਸੇ ਪਤਾ ਹੈ ਕਿ ਬਕਵਾਸ ਕਰਦਾ ਉਹਨੇ ਫੋਨ ਹੀ ਨਹੀਂ ਕਰਨਾ ਉਹ ਕਹੇ ਚੰਗਾ ਨਾ ਬੁਲਾ ਮਤਲਬ ਸਾਰਾ ਦੇਖੋ ਫੋਨ ਆਇਆ ਨਹੀਂ ਆਹ ਮੇਰੀ ਇੱਜ਼ਤ ਹੈ ਮੇਰੇ ਦੋਸਤ ਮੇਰੀ ਇੱਜ਼ਤ ਵੀ ਨਹੀਂ ਕਰਦੇ ਇਹ ਬਹੁਤ ਗਲਤ ਹੋ ਗਿਆ ਹੈ ਨਾ ਅਸੀਂ ਐਕਸਪੈਕਟ ਕੀਤਾ ਸੀ ਕਾਲ ਆਏਗੀ ਵੈਸੇ ਮਾੜੀ ਗੱਲ ਹੈ ਵੈਸੇ ਹੈ ਨਾ ਫੋਨ ਹੀ ਨਹੀਂ ਆਇਆ ਮਤਲਬ ਬਹੁਤ ਬੁਰੀ ਗੱਲ ਹੈ ਫੋਨ ਹੀ ਨਹੀਂ ਆਇਆ ਮੈਸੇਜ ਵੀ ਨਹੀਂ ਆਇਆ ਕੀ ਗੱਲ ਹੋਈ ਓਏ ਸੱਚੀ ਵੈਸੇ ਦੁਬਾਰਾ ਕਰ ਲਾਂਗੇ ਯਾਰ ਮੈਂ ਮਜ਼ਾਕ ਦੁਬਾਰਾ ਹੀ ਕਰ ਲਾਂ ਵੈਸੇ ਮੇਰੀ ਕੋਈ ਇੱਜ਼ਤ ਹੈ ਨਹੀਂ ਦੇਖ ਲਓ ਇਹ ਤਾਂ ਹੀ ਹੈ ਮੇਰੇ ਅੱਛੇ ਦੋਸਤ ਅੱਛਾ ਤੁਹਾਨੂੰ ਮੈਂ 30 ਸੈਕਿੰਡ ਦੇ ਰਹੀ ਹਾਂ ਆਪਾਂ ਵੇਟ ਕਰਨਾ ਕਿ ਕਾਲ ਆਉਂਦਾ ਕਿ ਨਹੀਂ ਨਹੀਂ ਆਉਣਾ ਜੀ ਜੇ ਕਰਨਾ ਹੁੰਦਾ ਉਸੇ ਵੇਲੇ ਆ ਜਾਣਾ ਸੀ ਹਾਏ ਵਾਹਿਗੁਰੂ ਇਹ ਦੋਸਤ ਨੇ ਜੀ ਮੇਰੇ ਦੱਸੋ ਮਤਲਬ ਜ਼ਿੰਦਗੀ 'ਚ ਇੱਦਾਂ ਦੇ ਦੋਸਤਾਂ ਦੀ ਵਾਕਈ ਲੋੜ ਹੁੰਦੀ ਹੈ ਨਾ ਦੇਖ ਲਓ ਪੁੱਛਿਆ ਵੀ ਨਹੀਂ ਇਹ ਦੇਖੋ ਇਹੀ ਤਾਂ ਪਿਆਰ ਹੈ ਜੀ ਹੈ ਨਾ ਉਹਨਾਂ ਨੂੰ ਕਨਫਰਮ ਹੈ ਬਕਵਾਸ ਕਰ ਰਹੇ ਇਹ ਹੁਣ ਕਵਰ ਅਪ ਹੋ ਰਿਹਾ ਕਾਲ ਹੀ ਆ ਕਿਸੇ ਤਰ੍ਹਾਂ ਬਚਣਾ ਹੈ ਮੈਂ ਸੱਚੀ ਦੱਸ ਰਿਹਾ ਸਾਨੂੰ ਨਾ ਉਧਰ ਸਾਡੇ ਅਬੋਰ ਦੇ ਵਿੱਚ ਇਹਨੂੰ ਕਹਿੰਦੇ ਆ ਐਵੇਂ ਕੁੱਤਾ ਭਕਾਈ ਮਾਰਦਾ ਉਹਨਾਂ ਨੂੰ ਪਤਾ ਵੀ ਇਹ ਬਕਵਾਸ ਕਰਦਾ ਦੇਖੋ ਨਹੀਂ ਆਇਆ ਜੀ ਫੋਨ ਆਉਣਾ ਵੀ ਨਹੀਂ ਜੀ ਉਹਨਾਂ ਨੇ ਆਉਣਾ ਵੀ ਫੋਨ ਕਰਨਾ ਵੀ ਨਹੀਂ ਚਲੋ ਵੈਸੇ ਇਹਨੂੰ ਇਹਨੂੰ ਬੇਇੱਜ਼ਤੀ ਕਹਿੰਦੇ ਆਪਾਂ ਜੇ ਮਹਿਸੂਸ ਕਰੀਏ ਤੇ ਅਸੀਂ ਨਾ ਕਰੀਏ ਉਹ ਕਹਿੰਦੇ ਕਹਿੰਦੇ ਮੇਰੀ ਬਹੁਤ ਵਾਰੀ ਬੇਇੱਜ਼ਤੀ ਹੋਈ ਹੈ ਮਤਲਬ ਇਕੱਠੀ ਹੋਈ ਹੈ ਇੰਨੀ ਇਕੱਠੀ ਕਦੇ ਨਹੀਂ ਹੋਈ ਇੰਨੀ ਇਕੱਠੀ ਨਹੀਂ ਜਿੰਨੀ ਇਕੱਠੀ ਅੱਜ ਹੋ ਗਈ ਜਿੰਨੀ ਅੱਜ ਹੋਈ ਹਲੇ ਵੀ ਕਾਲ ਨਹੀਂ ਆਇਆ ਨਹੀਂ ਨਾ ਦੇਖ ਲਓ ਨਹੀਂ ਆਇਆ ਸੱਚੀ ਹਾਏ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਇੰਟਰਵਿਊ ਦਾ ਵੇਟ ਕਰੀਏ ਇੰਟਰਵਿਊ ਖਤਮ ਹੋਣ ਤੱਕ ਕਾਲ ਆਉਂਦਾ ਨਹੀਂ ਨਹੀਂ ਮੈਮ ਇਹ ਆਣਾ ਹੀ ਨਹੀਂ ਤੁਸੀਂ ਇਹਨੂੰ ਅੱਗੇ ਕਰ ਸਕਦੇ ਹੋ ਇੰਟਰਵਿਊ ਆਪਾਂ ਅੱਗੇ ਗੱਲ ਕਰ ਸਕਦੇ ਹਾਂ ਕੋਈ ਹੋ ਸਕਦਾ ਸ਼ਾਇਦ ਉਦੋਂ ਆ ਜਾਏ ਹਾਂ ਮਤਲਬ ਮੈਨੂੰ ਅਸੀਂ ਉਡੀਕ ਕਰ ਰਹੇ ਹਾਂ ਵੀ ਜੇ ਨਾ ਹੋਇਆ ਫਿਰ ਇੰਟਰਵਿਊ ਦੇ ਐਂਡ 'ਚ ਅਸੀਂ ਦੱਸਾਂਗੇ ਜੀ 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 ਔਰ ਫਿਰ ਇਹ ਕਲੈਰੀਫਿਕੇਸ਼ਨ ਲੈਣੀ ਹੈ ਵੀ ਕਿਉਂ ਨਹੀਂ ਕਾਲ ਕੀਤਾ ਨਹੀਂ ਉਹਨੂੰ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਇਹੀ ਕਲੈਰੀਫਿਕੇਸ਼ਨ ਉਹਨਾਂ ਵੱਲੋਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਉਹਨਾਂ ਨੇ ਬਕਵਾਸ ਕਰ ਰਹੇ ਆ ਕੁਛ ਕਿਤੇ ਬੈਠਾ ਹੋਣਾ ਉਹਨਾਂ ਨੂੰ ਪਤਾ ਹੀ ਹੈ ਬਟ ਇਹ ਮੇਰੇ ਦੋਸਤ ਨੇ ਦੇਖੋ ਖਾਸ ਦੋਸਤ ਨੇ ਖਾਸ ਦੋਸਤ ਇਹ ਹੁਣ ਇਹ ਇੰਟਰਵਿਊ ਤੋਂ ਬਾਅਦ ਹੀ ਪਤਾ ਚੱਲੇਗਾ ਕੀ ਗੱਲਾਂ ਹੁੰਦੀਆਂ ਹੈ ਨਾ सच्ची गल है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर